ਰੇਟ ਦੇ ਵਿੱਚ ਵਾਧੇ ਦੀ ਹਰ ਪਾਸੇ ਚਰਚਾ ਚੱਲ ਰਹੀ ਹੈ ਪਰ ਸਬਜ਼ੀਆਂ ਦੇ ਰੇਟ ਦੇ ਵਿੱਚ ਅਜਿਹਾ ਵਾਧਾ ਹਰ ਸਾਲ ਬਰਸਾਤ ਦੇ ਦਿਨਾਂ ਦੇ ਵਿੱਚ ਹੁੰਦਾ ਹੈ। ਜਦੋਂ ਇਸ ਬਾਰੇ ਸਬਜ਼ੀ ਵੇਚਣ ਵਾਲਿਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਗਰਮੀ ਵਧਣ ਦੇ ਨਾਲ ਹੀ ਸਬਜ਼ੀਆਂ ਦੇ ਰੇਟ ਜਿਹੜੇ ਨੇ ਵਧਣੇ ਸ਼ੁਰੂ ਹੋ ਜਾਂਦੇ ਨੇ। ਇਹ ਬਰਸਾਤ ਦੇ ਦਿਨ ਖਤਮ ਹੋਣ ਤੱਕ ਯਾਨੀ 3 ਮਹੀਨੇ ਤੱਕ ਰਹਿੰਦੇ ਨੇ। ਗੁਰਦਾਸਪੁਰ ਇਲਾਕੇ ਦੇ ਵਿੱਚ ਬਾਰਿਸ਼ ਜਿਹੜੀ ਹੈ ਬਹੁਤ ਘੱਟ ਹੋ ਰਹੀ ਹੈ। ਲੋਕਲ ਕਿਸਾਨਾਂ ਦੀਆਂ ਸਬਜ਼ੀਆਂ ਜਿਹੜੀਆਂ ਨੇ ਸੁੱਕ ਗਈਆਂ ਹਨ। ਹੁਣ ਜ਼ਿਆਦਾਤਰ ਸਬਜ਼ੀ ਹਿਮਾਚਲ ਪ੍ਰਦੇਸ਼ ਤੋਂ ਆ ਰਹੀ ਹੈ ਜਿਸ ਦੇ ਕਾਰਨ ਜਿਹੜਾ ਜ਼ਿਆਦਾ ਖਰਚਾ ਹੈ ਉਹ ਪੈਂਦਾ ਹੈ ਅਤੇ ਸਬਜ਼ੀ ਵੇਚਣ ਵਾਲਿਆਂ ਨੇ ਕਿਹਾ ਕਿ ਇਹਨਾਂ ਦਿਨਾਂ ਦੇ ਵਿੱਚ ਗ੍ਰਾਹਕਾਂ ਨੂੰ ਵੀ ਸਬਰ ਦੇ ਨਾਲ ਕੰਮ ਲੈਣਾ ਚਾਹੀਦਾ ਹੈ। ਆਓ ਵੇਖਦੇ ਹਾਂ ਕਿ ਹੋਰ ਕੀ ਕੁਝ ਸਬਜ਼ੀ ਵੇਚਣ ਵਾਲਿਆਂ ਨੇ ਸ਼ੇਅਰ ਕੀਤਾ ਹੈ। ਸੂਬੇ ਵਿੱਚ ਸਬਜ਼ੀਆਂ ਦੇ ਰੇਟ ਲਗਾਤਾਰ ਵੱਧਦੇ ਜਾ ਰਹੇ ਆ। ਜੇ ਗੱਲ ਕਰੀਏ ਆਮ ਆਦਮੀ ਦੀ ਤਾਂ ਆਮ ਆਦਮੀ ਦੀ ਰਸੋਈ ਦਾ ਬਜਟ ਵੀ ਗੜਬੜਾ ਗਿਆ। ਸਾਡੇ ਨਾਲ ਸਬਜ਼ੀ ਵਿਕਰੇਤਾ ਮੌਜੂਦ ਨੇ, ਪਹਿਲੇ ਗੱਲ ਕਰਦੇ ਆ ਉਹਨਾਂ ਨਾਲ ਕਿ ਕੀ ਕਾਰਨ ਆ ਸਬਜ਼ੀਆਂ ਦੇ ਰੇਟ ਵਧਣ ਦੇ। ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਆਪਣਾ? ਸਤਿ ਸ਼੍ਰੀ ਅਕਾਲ ਜੀ, ਸੋਨੂੰ ਸਬਜ਼ੀ ਮੰਡੀ ਸ਼ਹਿਰ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ। ਕੀ ਕਾਰਨ ਆ ਸਬਜ਼ੀਆਂ ਦੇ ਰੇਟ ਵਧਣ ਦੇ? ਸਬਜ਼ੀਆਂ ਦੇ ਕਾਰਨ ਇਹੀ ਹੈ ਜੀ, ਜਿਹੜੀ ਬਿਨਾਂ ਮੌਸਮ ਤੋਂ ਬਾਰਿਸ਼ ਐਡ ਕੀਤਾ ਹੋਈ ਨਹੀਂ, ਅੱਧੀਆਂ ਸਬਜ਼ੀਆਂ ਉਤਰਾਂ ਸੜ ਗਈਆਂ, ਕੁਝ ਲੱਗ ਨਹੀਂ ਰਹੀਆਂ ਫਲਾਂ ਦੇ ਨਾਲ। ਹੋਰ ਕੀ ਕਾਰਨ ਹੈ? ਹੋਰ ਕਾਰਨ ਇਹੀ ਹੈ ਕਿ ਇੱਕ ਬਾਹਰ ਦੀਆਂ ਸਬਜ਼ੀਆਂ ਨੇ, ਲੋਕਲ ਸਾਡੀ ਸਬਜ਼ੀ ਕੋਈ ਨਹੀਂ ਹੈ। ਲੋਕਲ ਜਿਹੜੀਆਂ ਸਬਜ਼ੀਆਂ ਉਹ ਹੈ ਹੀ ਇੱਕ ਅੱਧਿਕਾ ਸਬਜ਼ੀ ਹੈ ਜਿਹੜੀ ਲੋਕਲ ਹੈ, ਬਾਕੀ ਤਕਰੀਬਨ ਬਾਹਰ ਦੀਆਂ ਹੀ ਨੇ। ਕਿੱਥੋਂ ਆ ਰਹੀਆਂ ਸਬਜ਼ੀਆਂ? ਹਿਮਾਚਲ ਆ ਰਹੀ ਹੈ ਅੱਜ ਕੱਲ੍ਹ ਜ਼ਿਆਦਾ ਜੀ, ਜਿਵੇਂ ਟਮਾਟਰ ਹੋ ਗਿਆ, ਮਟਰ ਹੋ ਗਏ, ਗੋਭੀ ਹੋ ਗਏ, ਸਾਰਾ ਹਿਮਾਚਲ ਦੀ ਹੈ ਸਬਜ਼ੀ, ਯਾਨੀ ਕਿ 90% ਸਬਜ਼ੀ ਇਸ ਟਾਈਮ ਹਿਮਾਚਲ ਚੱਲ ਰਹੀ ਹੈ। ਸਬਜ਼ੀਆਂ ਦੇ ਰੇਟ ਦੀ ਗੱਲ ਕਰੀਏ ਤਾਂ ਕੀ ਰੇਟ ਚੱਲ ਰਿਹਾ ਇਸ ਵੇਲੇ? ਕਿਹੜੀ ਕਿਹੜੀ ਸਬਜ਼ੀ ਮਹਿੰਗੀ ਜਾ ਰਹੀ ਹੈ? ਸਬਜ਼ੀਆਂ ਤਕਰੀਬਨ ਸਾਰੀਆਂ ਮਹਿੰਗੀਆਂ ਨੇ, ਇਹ ਤੋਂ ਲੈ ਕੇ ਜੈਡ ਤੱਕ, ਕਾਲੀ ਤੋਰੀ, ਟਮਾਟਰ, ਘੀਆ, ਬੈਂਗਣ, ਕਰੇਲੇ, ਹਰ ਇੱਕ ਤੇ ਸਬਜ਼ੀ ਤਕਰੀਬਨ 60+ ਹੀ ਵਿਕ ਰਹੀ ਹੈ ਜੀ। ਇਸ ਤੋਂ ਵੱਧ 100 ਤੋਂ ਵੱਧ ਕਿਹੜੀ ਕਿਹੜੀ ਸਬਜ਼ੀ ਜਾ ਰਹੀ? 100 ਤੋਂ ਉੱਪਰ ਇਸ ਟਾਈਮ ਟਮਾਟਰ ਜਾ ਰਿਹਾ, ਅਦਰਕ ਜਾ ਰਿਹਾ, ਲਸਣ ਜਾ ਰਿਹਾ, ਫੁੱਲ ਗੋਭੀ, ਹਰਾ ਮਟਰ ਹੈ, ਫਲੀਆਂ ਨੇ, ਆਮ ਜਿਹੜੀਆਂ ਸਬਜ਼ੀਆਂ ਘਰਾਂ ਦੇ ਵਿੱਚ ਜ਼ਿਆਦਾਤਰ ਵਰਤੋਂ ਜਾਂਦੀਆਂ, ਟਮਾਟਰ, ਟਮਾਟਰ ਨੇ ਤਾਂ ਯਕਦਮ ਹੀ ਹਿਲਾ ਕੇ ਰੱਖਤਾ ਦੁਨੀਆ ਨੂੰ। ਜੇ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਵੀ ਇਹੀ ਹੀ ਸਬਜ਼ੀਆਂ ਦੇ ਰੇਟ? ਪਿਛਲੇ ਸਾਲ ਵੀ ਹੋਏ ਸੀ, ਪਰ ਐਰਗੀ ਥੋੜ੍ਹੇ ਟਾਈਮ ਤੋਂ ਪਹਿਲਾਂ ਹੀ ਚਾਲੂ ਹੋ ਪਏ ਨੇ, ਅੱਗੇ ਤਾਂ ਬਾਰਿਸ਼ਾਂ ਕਰਕੇ ਖਰਾਬ ਹੋ ਗਈ, ਐਰਗੀ ਬਾਰਿਸ਼ਾਂ ਤੋਂ ਬਿਨਾਂ ਖਰਾਬ ਹੋ ਗਈਆਂ ਨੇ। ਕਿੰਨੀ ਦੇਰ ਰਹਿੰਦੀ ਹੈ ਸਬਜ਼ੀ ਇੰਨੀ ਮਹਿੰਗੀ? ਇਹ 2-2.5 ਮਹੀਨੇ ਦੇ ਕਰੀਬ ਸਬਜ਼ੀ ਜਿਹੜੀ ਇਹੋ ਰੇਟ ਰਹਿੰਦੀ ਹੈ ਅੱਜ ਕੱਲ੍ਹ ਜੀ। ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਕੁਛ ਸਾਰਾ ਸਬਜ਼ੀ ਸਸਤੀ ਹੁੰਦੇ? ਹਲੇ ਘੱਟ ਤੋਂ ਘੱਟ 2 ਮਹੀਨੇ, ਜਿੰਨਾ ਤੱਕ ਸਬਜ਼ੀਆਂ ਨਵੀਆਂ ਨਹੀਂ ਚੱਲਦੀਆਂ, ਨਵੇਂ ਇਲਾਕੇ ਨਹੀਂ ਚੱਲਦੇ ਬਾਹਰ ਦੇ, ਉਹਨਾਂ ਤੱਕ ਸਬਜ਼ੀਆਂ ਦਾ ਕੋਈ ਇਹੀ ਰਹਿਣਾ ਹਾਲ। ਹਾਂਜੀ, ਅਸੀਂ ਸਬਜ਼ੀ ਵਿਕਰੇਤਾ ਜਿਨ੍ਹਾਂ ਨੇ ਦੱਸਿਆ ਕਿ ਹਜੇ 2 ਮਹੀਨੇ ਸਬਜ਼ੀਆਂ ਕੱਟਣ ਦੇ ਕੋਈ ਆਸਾਰ ਨਹੀਂ ਹੈ। ਸਾਡੇ ਨਾਲ ਕਸਟਮਰ ਵੀ ਸਬਜ਼ੀਆਂ ਖਰੀਦ ਰਹੇ ਆ, ਸਬਜ਼ੀਆਂ ਲੈ ਰਹੇ ਕਸਟਮਰ ਸਾਡੇ ਨਾਲ ਮੌਜੂਦ ਹੈ, ਇਹਨਾਂ ਨਾਲ ਗੱਲ ਕਰਦੇ ਹਾਂ। ਕੀ ਨਾਂ ਜੀ? ਭਾਅ ਜੀ, ਮੇਰਾ ਨਾਮ ਬੋਬੀ। ਕਿੱਥੋਂ ਆਏ ਹੋ? ਭਾਅ ਜੀ, ਮੈਂ ਪਿੰਡ ਦੀਪੇਵਾਲ ਤੋਂ ਆਇਆ। ਕੀ ਕਰਦੇ ਹੋ? ਭਾਅ ਜੀ, ਦਿਹਾੜੀਦਾਰ ਬੰਦੇ ਹਾਂ, ਦੁਕਾਨਦਾਰ ਬੰਦੇ ਹਾਂ, ਵੈਸੇ ਦੁਕਾਨ ਕਰਿਆਨੇ ਦੀ ਹੈ। ਸਬਜ਼ੀਆਂ ਦੇ ਰੇਟ ਵੱਧ ਗਏ, ਇਹਦੇ ਨਾਲ ਕੀ ਫਰਕ ਪਿਆ? ਭਾਅ ਜੀ, ਜਿੱਥੇ ਅਸੀਂ 6 ਸਬਜ਼ੀਆਂ ਲੈ ਕੇ ਜਾਂਦੇ ਸੀ, ਉੱਥੇ ਅੱਜ 1 ਸਬਜ਼ੀ ਲੈ ਕੇ ਜਾ ਰਹੇ ਹਾਂ। ਉਹੀ ਇੱਕ ਜਿੱਥੇ 1 ਕਿਲੋ ਖੜਨੀ ਹੈ, ਉੱਥੇ 1/2 ਕਿਲੋ ਲੈ ਕੇ ਜਾ ਰਹੇ ਹਾਂ। ਮਹਿੰਗਾਈ ਦਾ ਰੇਟ ਹੀ ਬਹੁਤ ਆ, ਕਰਨਾ ਕੀ ਆ। ਇੱਕ ਹੋਰ ਦੁਕਾਨਦਾਰ ਸਾਡੇ ਨਾਲ ਮੌਜੂਦ ਹੈ, ਇਹਨਾਂ ਨਾਲ ਗੱਲਬਾਤ ਕਰਕੇ ਪਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਕਾਰਨ ਹੈ ਸਬਜ਼ੀਆਂ ਰੇਟ ਵਧਣ ਦੇ। ਭਾਅ ਜੀ, ਕੀ ਨਾਮ ਆਪਣਾ? ਭਾਅ ਜੀ ਵਿਸ਼ਾਲ ਜੀ, ਸਭ ਤੋਂ ਪਹਿਲਾਂ ਤਾਂ ਰਾਮ ਰਾਮ ਸਾਰਿਆਂ ਨੂੰ ਮੇਰੇ ਵੱਲੋਂ। ਹਾਂਜੀ, ਕੀ ਲੱਗਦਾ ਕੀ ਕਾਰਨ ਹੈ ਸਬਜ਼ੀਆਂ ਦੇ ਰੇਟ ਵਧਣ ਦੇ? ਕਾਰਨ ਇੱਕ ਤਾਂ ਗਰਮੀ ਆ, ਠੀਕ ਆ ਜੀ, ਇੱਕ ਤਾਂ ਗਰਮੀ 'ਚ ਸਬਜ਼ੀ ਥੋੜ੍ਹੀ ਕਿਤੇ ਹੁੰਦੀ ਨਹੀਂ ਆ, ਜੇ ਤਾਂ ਹੁੰਦੀ ਆ ਤਾਂ ਜਿੱਦਾਂ ਹੁਣ ਆਪਾਂ ਮੰਡੀ 'ਚ ਸੌਦਾ ਲੈ ਕੇ ਆਉਂਦੇ ਹਾਂ, ਕੋਈ ਜੱਟ ਜ਼ਿਮੀਂਦਾਰ ਸੌਦਾ ਲੈ ਕੇ ਆਇਆ ਮੰਡੀ ਵਿੱਚ, ਠੀਕ ਆ ਜੀ, ਹੁਣ ਲਿਆਉਣ ਵਾਲਾ 1, ਖਰੀਦਣ ਵਾਲੇ ਅੱਗੇ 10, ਉੱਥੇ ਬੰਦਾ ਕੀ ਕਰੂਗਾ? ਪ੍ਰਭਾਵ ਤਾਂ ਫਿਰ ਇੱਕੋ ਚੀਜ਼ 'ਤੇ ਪੈਣਾ ਹੈ ਨਾ। ਹੁਣ ਅੱਗੇ ਜਾਣੇ 50 ਜਾਣੇ ਖੜ੍ਹੇ ਆ ਜੀ, ਲਿਆਉਣ ਵਾਲਾ ਇੱਕੋ ਬੰਦਾ ਕੀ ਕਰਨਗੇ? ਜਿਹੜੀ ਚੀਜ਼ 10 ਰੁਪਏ ਕਿਲੋ ਮੰਡੀ ਵਿਕਦੀ ਆ, ਇਸ ਟਾਈਮ 'ਤੇ 50 ਰੁਪਏ ਕਿਲੋ ਵਿਕ ਰਹੀ ਆ, ਉੱਥੇ ਦੁਕਾਨਦਾਰ ਵੀ ਦੁਖੀ ਹੁੰਦਾ ਵਾ, ਆਮ ਇਨਸਾਨ ਵੀ ਦੁਖੀ ਹੁੰਦਾ ਵਾ। ਇਹ 'ਚ ਕੋਈ ਸਰਕਾਰ ਦਾ ਕਸੂਰ ਨਹੀਂ ਹੈਗਾ, ਠੀਕ ਆ। ਆਪ ਚਲੋ ਮੰਨਦੇ ਹਾਂ ਆਲੂ ਪਿਆਜ਼ ਲਸਣ 'ਤੇ ਟੈਕਸ ਲੱਗਦਾ ਵਾ, ਇਹ ਚੀਜ਼ਾਂ ਦਾ ਕੋਈ ਟੈਕਸ ਨਹੀਂ ਹੁੰਦਾ ਹੈਗਾ, ਅਸੀਂ ਦੁਕਾਨਦਾਰ ਵੀ ਖੁਦ ਕਹਿੰਦੇ ਹਾਂ। ਹੁਣ ਆਉਂਦੇ ਆ ਸੌਦਾ ਲੈ ਕੇ ਆਉਂਦੇ ਆ ਜੱਟ ਜ਼ਿਮੀਂਦਾਰ, ਸਵੇਰੇ ਬੋਲੀ ਪਾਉਂਦੇ ਅਸੀਂ,
ਹਾਂਜੀ ਜੀ ਬੋਲੋ, ਅਗਲੇ ਬੋਲਦੇ ਕੀ ਭਾਅ ਜੀ, ਅਸੀਂ ਲੈਂਦੇ ਖਰੀਦਦੇ ਹਾਂ, ਸਾਡਾ ਕੀ ਆ, ਆਪਾਂ 2-4-5 ਰੁਪਏ ਕਿਲੋ ਸਾਡਾ ਮਾਰਜਨ ਹੁੰਦਾ ਸੀ ਉਹਦੇ ਪਿੱਛੇ, ਚੀਜ਼ 10 ਰੁਪਏ ਕਿਲੋ ਆ ਭਾਵੇਂ ਹੈਗੀ 100 ਰੁਪਏ ਕਿਲੋ, ਸਾਨੂੰ ਉਨੀ ਬਚਣੇ ਆ, ਸਾਨੂੰ ਉਹਨਾਂ ਕੋਈ ਲਿੰਕ ਨਹੀਂ ਆ, ਬਸ ਆ ਜਿਹੜੀ ਗਰਮੀ ਆ ਨਾ ਇਹਦੇ ਕਰਕੇ ਸਬਜ਼ੀਆਂ ਮਹਿੰਗੀਆਂ ਵਾ, ਲਸਣ ਹੋ ਗਿਆ ਅਦਰਕ ਵਿਕਦਾ ਵਾ ਜੀ, ਇਹ ਸਟੋਕ ਹੁੰਦਾ ਤਦ ਵਿਕਦਾ ਵਾ, ਹੁਣ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਸਬਜ਼ੀਆਂ ਦਾ, ਸਬਜ਼ੀ ਆਉਂਦੀ ਲੋਕਲ, ਲੋਕਲ ਸਬਜ਼ੀ ਦਾ ਕੋਈ ਕਸੂਰ ਨਹੀਂ ਹੁੰਦਾ ਹੈਗਾ, ਠੀਕ ਹੈ ਜੀ, ਧੰਨਵਾਦ। ਤਾਂ ਅਸੀਂ ਦੁਕਾਨਦਾਰ ਜਿਨ੍ਹਾਂ ਨੇ ਦੱਸਿਆ ਕਿ ਸਬਜ਼ੀ 'ਤੇ ਕਿਸੇ ਦਾ ਕੰਟਰੋਲ ਨਹੀਂ ਹੁੰਦਾ, ਸਰਕਾਰ ਦਾ ਕੰਟਰੋਲ ਨਹੀਂ ਹੁੰਦਾ, ਸਬਜ਼ੀ ਦੇ ਰੇਟ ਹਰ ਸਾਲ ਵੱਧਦੇ ਹੈ ਅਤੇ ਹਰ ਸਾਲ ਵੱਧਦੇ ਰਹਿਣਗੇ, ਲੇਕਿਨ ਆਮ ਲੋਕਾਂ ਨੂੰ ਥੋੜ੍ਹਾ ਸਬਰ ਨਾਲ ਕੰਮ ਲੈਣਾ ਚਾਹੀਦਾ। ਕੈਮਰਾਮੈਨ ਜਗਜੀਤ ਸਿੰਘ ਦੇ ਨਾਲ ਰੋਹਿਤ ਗੁਪਤਾ, ਇੰਡੀਆ ਨਿਊਜ਼ ਪੰਜਾਬ।